ਗੁਰੂ ਪਿਆਰਿਓ, ਕਈ ਵਾਰੀ ਇੱਕ ਛੋਟੀ ਜਿਹੀ ਕਹਾਣੀ ਸਾਡੀ ਜ਼ਿੰਦਗੀ ਬਦਲ ਦਿੰਦੀ ਆ। ਕਰਮ ਬੰਦੇ ਦੇ ਨਾਲ ਨਾਲ ਚੱਲਦੇ ਆ। ਜੋ ਕੁਝ ਅੱਜ ਤੱਕ ਸਾਨੂੰ ਮਿਲਿਆ ਇਹ ਸਾਡੇ ਕਰਮਾਂ ਦਾ ਕੀਤਾ ਹੋਇਆ ਫਲ ਆ, ਅਤੇ ਜੋ ਕੁਝ ਅਸੀਂ ਅੱਗੇ ਭੁਗਤਣਾ ਵਾ ਉਹ ਸਾਡੇ ਕੀਤੇ ਹੋਏ ਕਰਮਾਂ ਦੀ ਸਜ਼ਾ ਵਾ। ਤਾਂ ਆਓ ਇੱਕ ਛੋਟੀ ਕਹਾਣੀ ਦੁਆਰਾ ਸਮਝੀਏ ਕਿ ਕਿਹਦੇ ਘਰੇ ਦੁੱਖ ਦੇਣ ਵਾਲੀ ਸੰਤਾਨ ਪੈਦਾ ਹੁੰਦੀ ਆ, ਅਤੇ ਜਿਹੜੇ ਰਿਸ਼ਤੇ ਨਾਤੇ ਆ ਕਿ ਇਹਨਾਂ ਦਾ ਸੰਬੰਧ ਪਿਛਲੇ ਜਨਮਾਂ ਨਾਲ ਹੁੰਦਾ। ਤਾਂ ਇਹਨੂੰ ਆਪਾਂ ਇੱਕ ਕਹਾਣੀ ਦੁਆਰਾ ਸਮਝ ਸਕਦੇ ਹਾਂ। ਕਹਾਣੀਆਂ ਪ੍ਰਤੀਕ ਹੁੰਦੀਆਂ ਨੇ, ਇਸ਼ਾਰਾ ਹੁੰਦੀਆਂ ਨੇ। ਪੂਰਾ ਧਿਆਨ ਨਾਲ ਸੁਣੋਗੇ ਸਾਰੀ ਕਹਾਣੀ ਨੂੰ, ਸਾਰੀ ਗੱਲ ਸਮਝ ਆਵੇਗੀ। ਅੱਧਾ ਅਧੂਰਾ ਗਿਆਨ ਖਤਰਨਾਕ ਹੁੰਦਾ ਵਾ। ਇੱਕ ਪਿੰਡ ਦੇ ਵਿੱਚ ਦੋ ਕੁੱਤੇ ਰਹਿੰਦੇ ਸੀ। ਇੱਕ ਦਾ ਨਾਮ ਸੀ ਕੈਂਕਰ, ਦੂਜੇ ਦਾ ਨਾਂ ਸੀ ਵਿਜਰਾਂਗ। ਉਹਨਾਂ ਦੀ ਆਪਸ ਵਿੱਚ ਬੜੀ ਗੂੜੀ ਦੋਸਤੀ ਸੀ। ਇੱਕ ਦਿਨ ਕੈਂਕਰ ਵਿਜਰਾਂਗ ਨੂੰ ਕਹਿਣ ਲੱਗਾ, ਪਤਾ ਨਹੀਂ ਕਿਹੜੇ ਕਰਮਾਂ ਦੀ ਸਾਨੂੰ ਸਜ਼ਾ ਮਿਲੀ ਆ, ਆਹ ਸਾਨੂੰ ਕੁੱਤੇ ਦਾ ਸਰੀਰ ਮਿਲਿਆ। ਵਿਜਰਾਂਗ ਕਹਿੰਦਾ, ਬਿਲਕੁਲ ਸਹੀ ਗੱਲ ਆ, ਆਹ ਜੂਨ ਦੇ ਵਿੱਚ ਤਾਂ ਸਾਨੂੰ ਭੋਜਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਆ, ਬਹੁਤ ਧੱਕੇ ਖਾਣੇ ਪੈਂਦੇ ਆ, ਫਿਰ ਵੀ ਕਈ ਵਾਰੀ ਸਾਡੇ ਪੱਲੇ ਕੁਝ ਨਹੀਂ ਪੈਂਦਾ। ਕੁਝ ਲੋਕ ਆ ਜਿਹੜੇ ਸਾਨੂੰ ਸੋਟੀ ਮਾਰ ਕੇ, ਰੋੜਾ ਮਾਰ ਕੇ ਭਜਾ ਦਿੰਦੇ ਆ। ਫਿਰ ਰਹਿਣ ਵਾਸਤੇ ਸਾਡਾ ਕੋਈ ਟਿਕਾਣਾ ਨਹੀਂ ਹੈਗਾ। ਕੋਈ ਵੀ ਰੁੱਤ ਹੋਵੇ, ਮੀਂਹ ਪੈਂਦਾ ਹੋਵੇ, ਸਾਨੂੰ ਗਲੀਆਂ ਵਿੱਚ ਹੀ ਭਟਕਣਾ ਪੈਂਦਾ, ਸਾਡੀ ਕੋਈ ਇੱਜ਼ਤ ਨਹੀਂ ਕਰਦਾ। ਅਤੇ ਲੋਕ ਜਿਹੜੇ ਆ ਸਾਡੀ ਮੌਤ ਦੀ ਮਿਸਾਲ ਦਿੰਦੇ ਆ ਕਿ ਤੂੰ ਕੁੱਤੇ ਦੀ ਮੌਤ ਮਰੇਗਾ, ਜਦੋਂ ਇੱਕ ਦੂਜੇ ਨਾਲ ਲੜਦੇ ਨੇ ਇਹੀ ਮਿਹਣਾ ਮਾਰਦੇ ਨੇ। ਫਿਰ ਕਿੰਕਰ ਬਿਜਰਾਂਗ ਨੂੰ ਕਹਿਣ ਲੱਗਾ, ਦੇਖ ਮਿੱਤਰ ਕਿ ਨਿੱਕੀਆਂ ਨਿੱਕੀਆਂ ਚਿੜੀਆਂ, ਨਿੱਕੇ ਨਿੱਕੇ ਪੰਛੀ ਵੀ ਆਪਣਾ ਆਲ੍ਹਣਾ ਬਣਾ ਕੇ ਰਹਿੰਦੇ ਆ, ਪਰ ਸਾਡਾ ਕੋਈ ਘਰ ਹੀ ਨਹੀਂ ਹੈਗਾ। ਅਸੀਂ ਦੂਜਿਆਂ 'ਤੇ ਨਿਰਭਰ ਰਹਿੰਦੇ ਹਾਂ, ਹਮੇਸ਼ਾ ਮਨੁੱਖ ਦੇ ਉੱਪਰ ਨਿਰਭਰ ਹਾਂ। ਅਤੇ ਸਾਨੂੰ ਖਾਣ ਦੀ ਕਈ ਵਾਰੀ ਰੋਟੀ ਤਾਂ ਮਿਲ ਜਾਂਦੀ ਆ, ਪਰ ਇੱਜ਼ਤ ਨਹੀਂ ਮਿਲ ਪਾਉਂਦੀ। ਇਸ ਕਰਕੇ ਕਿਉਂ ਨਾ ਹੁਣ ਆਪਾਂ ਆਪਣੇ ਕੀਤੇ ਹੋਏ ਪਾਪਾਂ ਨੂੰ ਧੋਣ ਵਾਸਤੇ, ਭੁੱਲ ਬਖਸ਼ਾਉਣ ਵਾਸਤੇ ਅਤੇ ਕੁੱਤੇ ਦੀ ਜੂਨੀ ਤੋਂ ਮੁਕਤੀ ਪਾਉਣ ਵਾਸਤੇ ਸਾਨੂੰ ਤੀਰਥਾਂ ਦਾ ਭਰਮਣ ਕਰਨਾ ਚਾਹੀਦਾ, ਕਿਉਂਕਿ ਕੁੱਤੇ ਦੀ ਜੂਨ ਇਹੋ ਜਿਹੀ ਆ, ਇਹਦੇ ਵਿੱਚ ਤਾਂ ਅਸੀਂ ਇੱਕ ਦੂਜੇ ਨੂੰ ਕਈ ਵਾਰੀ ਕੱਟਦੇ ਹਾਂ। ਤਾਂ ਆ ਮੇਰੇ ਦੋਸਤ, ਸਾਨੂੰ ਤੀਰਥਾਂ ਦੀ ਯਾਤਰਾ ਕਰਨੀ ਚਾਹੀਦੀ ਆ। ਕੈਂਕਰ ਅਤੇ ਵਿਜਰਾਂਗ ਦੋਨੇ ਜਾਣੇ ਫਿਰ ਇਹ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਅੱਗੇ ਵੱਧਦੇ ਆ। ਹੁਣ ਇਹ ਦੋਨੋਂ ਕੁੱਤੇ ਤੀਰਥ ਯਾਤਰਾ ਵਾਸਤੇ ਜਾ ਰਹੇ ਆ, ਪਰ ਇਹਨਾਂ ਨੂੰ ਰਸਤੇ ਦਾ ਨਹੀਂ ਪਤਾ। ਚੱਲਦੇ ਗਏ, ਤੁਰਦੇ ਗਏ, ਸ਼ਾਮ ਹੋ ਗਈ। ਸ਼ਾਮ ਹੋਈ, ਰਸਤੇ ਵਿੱਚ ਇੱਕ ਰੁੱਖ ਦੇ ਥੱਲੇ ਡੇਰਾ ਕੀਤਾ। ਸਾਹਮਣੇ ਦੇਖਿਆ ਇੱਕ ਖੇਤ ਆ, ਖੇਤ ਦੇ ਵਿੱਚ ਬਹੁਤ ਸਾਰੇ ਚੂਹੇ ਨੇ। ਉੱਥੇ ਦੇਖਿਆ ਕਿ ਇਹ ਚੂਹਿਆਂ ਨੂੰ ਆਪਣਾ ਸ਼ਿਕਾਰ ਬਣਾ ਲਈਏ, ਖਾ ਲਈਏ। ਕੈਂਕਰ ਕਹਿਣ ਲੱਗਾ, ਦੇਖ ਮੈਨੂੰ ਬੜੀ ਭੁੱਖ ਲੱਗੀ ਆ, ਮੈਂ ਇਹਨਾਂ ਨੂੰ ਮਾਰ ਕੇ ਹੁਣ ਖਾ ਲਵਾਂਗਾ। ਵਿਜਰਾਂਗ ਕਹਿਣ ਲੱਗਾ, ਨਹੀਂ ਆਪਾਂ ਚੱਲੇ ਹਾਂ ਤੀਰਥ ਯਾਤਰਾ 'ਤੇ, ਆਪਾਂ ਕੋਈ ਮਾਸ ਦਾ ਭੋਜਨ ਨਹੀਂ ਕਰ ਸਕਦੇ, ਸਾਨੂੰ ਸ਼ਾਕਾਹਾਰੀ ਭੋਜਨ ਹੀ ਕਰਨਾ ਚਾਹੀਦਾ, ਨਾ ਕਿ ਮਾਸਾਹਾਰੀ। ਇਸ ਨਗਰ ਦੇ ਵਿੱਚ ਚੱਲਦੇ ਹਾਂ, ਕਿਤੋਂ ਨਾ ਕਿਤੋਂ ਜ਼ਰੂਰ ਆਪਾਂ ਨੂੰ ਕੁਝ ਸ਼ਾਕਾਹਾਰੀ ਭੋਜਨ ਖਾਣ ਵਾਸਤੇ ਮਿਲ ਜਾਵੇਗਾ, ਅਤੇ ਆਪਾਂ ਨੂੰ ਜੋ ਵੀ ਮਿਲੇਗਾ ਇਹ ਪਿੰਡ ਦੇ ਵਿੱਚੋਂ, ਉਹ ਜਿੰਨਾ ਵੀ ਮਿਲੇਗਾ ਆਪਾਂ ਸਬਰ ਕਰਾਂਗੇ ਅਤੇ ਵਾਪਸ ਇਸ ਰੁੱਖ ਦੇ ਥੱਲੇ ਆ ਜਾਵਾਂਗੇ, ਇੱਕ ਦੂਜੇ ਨੂੰ ਮਿਲਾਂਗੇ। ਇਵੇਂ ਦੋਨੋਂ ਜਾਣੇ ਆਪਣੇ ਭੋਜਨ ਦੀ ਤਲਾਸ਼ ਦੇ ਵਿੱਚ ਫਿਰ ਉਹ ਪਿੰਡ ਦੇ ਵਿੱਚ ਜਾਂਦੇ ਆ। ਉਹ ਪਿੰਡ ਦੇ ਵਿੱਚ ਬ੍ਰਾਹਮਣ ਦਾ ਘਰ ਸੀ ਇੱਕ ਦਾ। ਉਸ ਬ੍ਰਾਹਮਣ ਦੀ ਘਰਵਾਲੀ ਨੇ ਬਹੁਤ ਵਧੀਆ ਭੋਜਨ ਤਿਆਰ ਕਰਕੇ ਰੱਖਿਆ ਸੀ ਕਿ ਮੇਰੇ ਪਤੀ ਜੀ ਉੱਠਣਗੇ ਪਾਠ ਪੂਜਾ ਤੋਂ ਅਤੇ ਉਸ ਤੋਂ ਬਾਅਦ ਇਹ ਭੋਜਨ ਛਕਣਗੇ। ਉੱਥੇ ਕੈਂਕਰ ਨਾਮ ਦਾ ਕੁੱਤਾ ਪਹੁੰਚਿਆ, ਉਹਨੇ ਥਾਲੀ ਜਦੋਂ ਰੱਖ ਦਿੱਤੀ ਆ, ਇਹ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ, ਕੈਂਕਰ ਉੱਥੇ ਗਿਆ ਅਤੇ ਉਹਦੇ ਵਿੱਚੋਂ ਪ੍ਰਸ਼ਾਦਾ ਚੁੱਕ ਕੇ ਬਾਹਰ ਆ ਗਿਆ।
ਜਦੋਂ ਫਿਰ ਇਹ ਗੱਲ ਬ੍ਰਾਹਮਣ ਨੂੰ ਪਤਾ ਲੱਗੀ, ਬ੍ਰਾਹਮਣ ਜਿਹੜਾ ਸੀ ਹਰ ਚੀਜ਼ ਵਿੱਚ ਰੱਬ ਦੀ ਹੋਣ ਦਾ ਵਿਸ਼ਵਾਸ ਮੰਨਦਾ ਸੀ, ਉਹਨੇ ਸੋਚਿਆ ਕੋਈ ਗੱਲ ਨਹੀਂ, ਇਹ ਦਰਵੇਸ਼ ਆ, ਹੁਣ ਇਹਨੇ ਜੂਠਾ ਤਾਂ ਕਰ ਦਿੱਤਾ ਵਾ, ਤੂੰ ਇਸ ਤਰ੍ਹਾਂ ਕਰ, ਆਪਣੀ ਪਤਨੀ ਨੂੰ ਆਖਿਆ ਕਿ ਇਹ ਸਾਰੇ ਦਾ ਸਾਰਾ ਭੋਜਨ ਇਹਨੂੰ ਦੇ ਦੇ, ਜਿੰਨੇ ਵੀ ਥਾਲੀ ਵਿੱਚ ਪ੍ਰਸ਼ਾਦੇ ਪਏ ਆ ਉਹ ਇਹਨੂੰ ਦੇ ਦੇ, ਕਿਉਂਕਿ ਇੱਕ ਤਾਂ ਹੀ ਲੈ ਹੀ ਗਿਆ, ਬਾਕੀ ਬੱਚੇ ਵੀ ਇਹਨੂੰ ਹੀ ਪਾ ਦੇ। ਉਹਦੀ ਘਰਵਾਲੀ ਨੇ ਮਨ ਦੇ ਵਿੱਚ ਥੋੜ੍ਹਾ ਜਿਹਾ ਤਾਂ ਜਿਤਾਇਆ, ਮੈਂ ਮਿਹਨਤ ਕੀਤੀ ਆ, ਪ੍ਰਸ਼ਾਦਾ ਬਣਾਇਆ, ਪਰ ਉਹਦੇ ਅੰਦਰ ਵੀ ਤਰਸ ਸੀਗਾ। ਉਹਨੇ ਫਿਰ ਉਹ ਸਾਰੇ ਪ੍ਰਸ਼ਾਦੇ ਚੱਕ ਕੇ ਉਹ ਕੈਂਕਰ ਨਾਮ ਦੇ ਕੁੱਤੇ ਨੂੰ ਪਾ ਦਿੱਤੇ ਆ। ਇਹ ਕੁੱਤੇ ਨੂੰ ਬਹੁਤ ਸਮੇਂ ਦੀ ਭੁੱਖ ਲੱਗੀ ਸੀ, ਇਹਨੇ ਆਪਣੀ ਭੁੱਖ ਸ਼ਾਂਤ ਕੀਤੀ ਆ, ਇਹ ਸਾਰੀਆਂ ਰੋਟੀਆਂ ਖਾ ਗਿਆ ਅਤੇ ਮਨ ਦੇ ਵਿੱਚੋਂ ਅਸੀਸ ਦਿੱਤੀ ਆ ਢਿੱਡ ਦੇ ਵਿੱਚੋਂ ਕਿ ਇਹਨਾਂ ਦਾ ਭਲਾ ਹੋਵੇ, ਜਿਨ੍ਹਾਂ ਨੇ ਮੇਰੀ ਭੁੱਖ ਸ਼ਾਂਤ ਕੀਤੀ ਆ। ਬ੍ਰਾਹਮਣ ਦੇ ਘਰੋਂ ਰੋਟੀ ਖਾ ਕੇ ਬਹੁਤ ਪ੍ਰਸੰਨ ਹੋ ਕੇ ਕੈਂਕਰ ਨਾਂ ਦਾ ਕੁੱਤਾ ਫਿਰ ਉਹ ਰੁੱਖ ਦੇ ਥੱਲੇ ਹੀ ਬੈਠ ਗਿਆ ਅਤੇ ਆਪਣੇ ਦੋਸਤ ਵਿਜ਼ਰਾਂਗ ਦੀ ਜਿਹੜੀ ਉਡੀਕ ਕਰਨ ਲੱਗਾ। ਉੱਧਰੋਂ ਵਿਜ਼ਰਾਂਗ ਦੇ ਨਾਲ ਜਿਹੜੀ ਕਹਾਣੀ ਹੋਈ ਆ, ਘਟਨਾ ਹੋਈ ਆ, ਉਹ ਇਉਂ ਹੋਈ, ਉਹ ਚੱਲਦਾ ਚੱਲਦਾ ਭੋਜਨ ਦੀ ਤਲਾਸ਼ ਵਿੱਚ ਇੱਕ ਸੇਠ ਦੇ ਘਰ ਮੂਹਰੇ ਪਹੁੰਚਿਆ। ਉਹ ਸੇਠ ਜਿਹੜਾ ਸੀ ਉਹਦੇ ਕੋਲ ਪੈਸਾ ਤਾਂ ਬਹੁਤ ਸੀ ਪਰ ਉਹ ਸੂਮ ਬਹੁਤ ਸੀ। ਉਹਦੇ ਜਿਹੜੀ ਥਾਲੀ ਸੀ ਭੋਜਨ ਦੀ ਉਹਦੇ ਵਿੱਚ ਪੂੜੀਆਂ ਪਈਆਂ ਸੀ, ਤਾਂ ਇਹਨੇ ਕੀ ਕੀਤਾ, ਵਿਜ਼ਰਾਂਗ ਨੂੰ ਭੁੱਖ ਲੱਗੀ ਸੀ, ਦਰਵਾਜ਼ਾ ਕੁਦਰਤੀ ਖੁੱਲ੍ਹਾ ਸੀ, ਜਾ ਕੇ ਇਹਨੇ ਸੇਠ ਦੀ ਥਾਲੀ ਵਿੱਚੋਂ ਪੂਰੀ ਚੁੱਕ ਲਈ ਅਤੇ ਉਹਦੇ ਘਰ ਦੇ ਦਰਵਾਜ਼ੇ ਸਾਹਮਣੇ ਬਹਿ ਕੇ ਖਾਣ ਲੱਗਾ। ਸੇਠ ਨੂੰ ਇੰਨਾ ਗੁੱਸਾ ਆਇਆ, ਉਹਨੇ ਸੋਟੀ ਚੁੱਕੀ ਅਤੇ ਬਹੁਤ ਖਿੱਚ ਕੇ ਵਿਜ਼ਰਾਂਗ ਦੀ ਪਿੱਠ ਦੇ ਵਿੱਚ ਬਹੁਤ ਸੋਟੀਆਂ ਮਾਰੀਆਂ, ਜਿਹਦੇ ਕਰਕੇ ਉਹਦਾ ਲੱਕ ਟੁੱਟ ਗਿਆ। ਤੁਰਨਾ ਬਹੁਤ ਉਹਨੂੰ ਮੁਸ਼ਕਲ ਹੋ ਗਿਆ, ਬਹੁਤ ਉਹ ਚੀਕਿਆ, ਪਰ ਉਹਨੇ ਬਿਲਕੁਲ ਵੀ ਤਰਸ ਨਹੀਂ ਖਾਧਾ। ਜਿਹੜੀ ਪੂਰੀ ਵਿਜ਼ਰਾਂਗ ਨੇ ਖਾਣ ਵਾਸਤੇ ਚੁੱਕੀ ਸੀ ਉਹ ਵੀ ਉਹਦੇ ਤੋਂ ਪੂਰੀ ਖਾਧੀ ਨਹੀਂ ਗਈ। ਫਿਰ ਉਹ ਮਨ ਦੇ ਵਿੱਚ ਸੋਚਣ ਲੱਗਾ, ਮੈਂ ਕਦੇ ਨਹੀਂ ਸੀ ਸੋਚਿਆ ਕਿ ਇੱਕ ਪੂਰੀ ਖਾਣ ਦੀ ਜਿਹੜੀ ਕੀਮਤ ਆ ਏਡੀ ਵੱਡੀ ਮੈਨੂੰ ਚੁਕਾਉਣੀ ਪਊਗੀ, ਇਹ ਮਨੁੱਖ ਕਿੰਨਾ ਨਿਰਦਈ ਆ। ਇਸ ਕਰਕੇ ਉਹਦੇ ਢਿੱਡ ਦੇ ਵਿੱਚੋਂ ਆਂਦਰਾਂ ਦੇ ਵਿੱਚੋਂ ਵੱਧ ਅਸੀਸਾਂ ਨਿਕਲੀਆਂ ਕਿ ਜਿਹੜਾ ਸੇਠ ਆ ਇਹਨੇ ਮੈਨੂੰ ਬਹੁਤ ਦੁੱਖ ਦਿੱਤੇ ਆ, ਹੁਣ ਮੈਂ ਤੁਰ ਵੀ ਨਹੀਂ ਪਾਵਾਂਗਾ ਅਤੇ ਉਹ ਜਿਹੜਾ ਤੀਰਥ ਯਾਤਰਾ ਵਾਲਾ ਸੁਪਨਾ ਮੇਰਾ ਵਿੱਚੇ ਪੂਰਾ ਹੋਣਾ ਨਹੀਂ, ਅਧੂਰਾ ਹੀ ਰਹਿ ਜਾਵੇਗਾ। ਇਸ ਤਰ੍ਹਾਂ ਉੱਧਰੋਂ ਕੈਂਕਰ ਸੋਚ ਰਿਹਾ ਕਿ ਮੇਰਾ ਮਿੱਤਰ ਕਿਉਂ ਨਹੀਂ ਆਇਆ, ਉਹਨੂੰ ਲੰਮਾ ਸਮਾਂ ਹੋ ਗਿਆ, ਉਹਨੂੰ ਭੋਜਨ ਨਹੀਂ ਮਿਲਿਆ, ਕਿਉਂ ਨਾ ਜਾ ਕੇ ਮੈਂ ਦੇਖਾਂ। ਇੱਧਰੋਂ ਕੈਂਕਰ ਆਪਣੇ ਦੋਸਤ ਦੀ ਤਲਾਸ਼ ਵਿੱਚ ਉਹ ਪਿੰਡ ਵਿੱਚ ਗਿਆ, ਉੱਧਰੋਂ ਵਿਜ਼ਰਾਂਗ ਅਤੇ ਉਹਦਾ ਲੱਕ ਟੁੱਟਿਆ ਹੋਇਆ ਘਿਸੜਦਾ ਹੋਇਆ ਉਹ ਆ ਰਿਹਾ, ਅੱਖਾਂ ਵਿੱਚ ਉਹਦੇ ਅੱਥਰੂ ਨੇ, ਹੰਝੂ ਨੇ। ਜਦੋਂ ਕੈਂਕਰ ਨੇ ਆਪਣੇ ਦੋਸਤ ਨੂੰ ਇਹੋ ਜਿਹੀ ਹਾਲਤ ਵਿੱਚ ਦੇਖਿਆ, ਪੁੱਛਣ ਲੱਗਾ, ਇਹ ਮੇਰੇ ਮਿੱਤਰ ਕਿਹੜੇ ਪਾਪੀ ਨੇ ਤੈਨੂੰ ਇਹ ਸਜ਼ਾ ਦਿੱਤੀ ਆ, ਕੀ ਹੋ ਗਿਆ ਮੈਨੂੰ ਦੱਸ। ਫਿਰ ਉਹਨੇ ਸਾਰੀ ਹੱਡ ਬੀਤੀ ਸੁਣਾਈ ਕਿ ਸੇਠ ਨੇ ਇਸ ਤਰ੍ਹਾਂ ਭਾਵ ਕਿ ਉਹਨੂੰ ਇੰਨਾ ਮਾਰਿਆ, ਉਹਦਾ ਲੱਕ ਹੀ ਟੁੱਟ ਗਿਆ, ਇੱਕ ਪੂਰੀ ਦੇ ਬਦਲੇ ਇੰਨੀ ਉਹਨੂੰ ਕੁੱਟ ਪਈ ਆ। ਉਸ ਤੋਂ ਬਾਅਦ ਦੋਨਾਂ ਨੇ ਸੋਚਿਆ ਇਹ ਜੂਣ ਹੀ ਇਹੋ ਜਿਹੀ ਆ, ਕਿਉਂ ਨਾ ਆਪਾਂ ਦੋਨੇ ਜਾਣੇ ਇਹ ਜੂਣ ਹੀ ਖਤਮ ਕਰ ਦਈਏ, ਆਤਮ ਹੱਤਿਆ ਕਰ ਲਈਏ। ਕਿਉਂਕਿ ਵਿਜ਼ਰਾਂਗ ਕਹਿਣ ਲੱਗਾ, ਹੁਣ ਮੈਂ ਕਿਸੇ ਕੰਮ ਕਾਰ ਜੋਗਾ ਨਹੀਂ ਰਿਹਾ, ਨਾ ਤਾਂ ਮੈਂ ਕਿਸੇ ਧਾਰਮਿਕ ਸਥਾਨ 'ਤੇ ਜਾ ਸਕਦਾ ਅਤੇ ਨਾ ਹੀ ਕਿਸੇ ਪਿੰਡ ਦੇ ਵਿੱਚ ਰਿਜਕ ਦੀ ਭਾਲ ਵਾਸਤੇ ਜਾ ਸਕਦਾ, ਇਦੂ ਤਾਂ ਮੈਨੂੰ ਮਰਨਾ ਹੀ ਕਬੂਲ ਆ। ਦੋਨਾਂ ਜਾਣਿਆਂ ਨੇ ਸਲਾਹ ਕੀਤੀ ਅਤੇ ਇੱਕ ਬਹੁਤ ਉੱਚੀ ਚੋਟੀ ਤੋਂ ਚੜ੍ਹ ਕੇ ਛਾਲ ਮਾਰ ਦਿੱਤੀ। ਇਸ ਤਰ੍ਹਾਂ ਦੋਨਾਂ ਜਾਣਿਆਂ ਦੀ ਮੌਤ ਹੋ ਗਈ। ਰੱਬ ਨੇ, ਪਰਮੇਸ਼ਰ ਨੇ ਵੀ ਉਹਨਾਂ ਦੇ ਕਰਮਾਂ ਨੂੰ ਇਸ ਤਰ੍ਹਾਂ ਜਾਣਿਆ ਕਿ ਤੀਰਥ ਸਥਾਨ 'ਤੇ ਜਾਣਾ ਚਾਹੁੰਦੇ ਸੀ, ਇਹ ਇਹਨਾਂ ਦੇ ਅੰਦਰ ਇੱਛਾ ਸੀ ਧਾਰਮਿਕ ਬਣਨ ਦੀ, ਇਸ ਕਰਕੇ ਇਹਨਾਂ ਦੇ ਪਿਛਲੇ ਪਾਪ ਮਾਫ਼ ਕੀਤੇ ਜਾਣਗੇ, ਇਹਨਾਂ ਨੂੰ ਹੁਣ ਮਨੁੱਖ ਦੀ ਜੂਣ ਦਿੱਤੀ ਜਾਊਗੀ, ਕਿਉਂਕਿ ਮਨੁੱਖ ਦੀ ਜੂਣ ਵੀ ਕਿਸਮਤ ਨਾਲ ਹੀ ਮਿਲਦੀ ਆ। ਦੋਨਾਂ ਜਾਣਿਆਂ ਨੂੰ ਮਨੁੱਖ ਦੀ ਜੂਣ ਮਿਲੀ,
ਪਰ ਹੁਣ ਹੀ ਰੱਬ ਦੀ ਇਸ ਤਰ੍ਹਾਂ ਕਰਮਾਂ ਦੇ ਚੱਕਰ ਮੁੜ ਮੁੜ ਕੇ ਭੁਗਤਣੇ ਪੈਂਦੇ ਆ, ਐਵੇਂ ਨਹੀਂ ਕਿਹਾ ਜਾਂਦਾ। ਰੱਬ ਦੀ ਪ੍ਰੇਰਨਾ ਦੇ ਨਾਲ ਕੈਂਕਰ ਨਾਂ ਦੇ ਕੁੱਤੇ ਨੇ ਉਹ ਬ੍ਰਾਹਮਣ ਦੇ ਘਰੇ ਪੁੱਤਰ ਬਣ ਕੇ ਜਨਮ ਲਿਆ, ਜਿਹਨੇ ਉਹਨੂੰ ਕੁੱਤੇ ਦੇ ਰੂਪ ਦੇ ਵਿੱਚ ਪ੍ਰਸ਼ਾਦਾ ਦੇ ਦਿੱਤਾ ਸੀ, ਤਰਸ ਕੀਤਾ ਸੀ ਉਹਦੇ 'ਤੇ। ਅਤੇ ਉੱਧਰੋਂ ਵਿਜ਼ਰਾਂਗ ਨੇ ਉਹ ਸੇਠ ਦੇ ਘਰੇ ਜਨਮ ਲਿਆ, ਜਿਹਨੇ ਉਹਦਾ ਲੱਕ ਤੋੜਿਆ ਸੀ। ਸੰਯੋਗ ਦੇ ਵੱਸ ਨਾ ਤਾਂ ਬ੍ਰਾਹਮਣ ਦੇ ਘਰੇ ਪਹਿਲਾਂ ਕੋਈ ਔਲਾਦ ਸੀ ਅਤੇ ਨਾ ਹੀ ਉਹ ਸੇਠ ਦੇ ਘਰੇ। ਸੇਠ ਦੇ ਘਰੇ ਪੁੱਤਰ ਜਦੋਂ ਪੈਦਾ ਹੋ ਗਿਆ, ਸੇਠ ਨੂੰ ਬੜੀ ਖੁਸ਼ੀ ਹੋਈ, ਉਹਨੇ ਬਹੁਤ ਜਸ਼ਨ ਮਨਾਇਆ, ਲੋਕਾਂ ਵਿੱਚ ਬਹੁਤ ਕੁਝ ਮਠਿਆਈਆਂ ਵੰਡੀਆਂ। ਪਰ ਹੁਣ ਹੀ ਰੱਬ ਦੀ ਐਸੀ ਸੀ ਕਿ ਅਜੇ ਪੁੱਤਰ ਜਨਮੇ ਨੂੰ ਕੁਝ ਘੰਟੇ ਹੀ ਹੋਏ ਸੀ, ਇਸ ਤਰ੍ਹਾਂ ਹੋਇਆ ਕਿ ਉਹਨੂੰ ਵਪਾਰ ਵਿੱਚ ਬਹੁਤ ਵੱਡਾ ਘਾਟਾ ਪਿਆ। ਅਚਾਨਕ ਹੀ ਇਹ ਸੇਠ ਦੀ ਜਿਹੜੀ ਕਰਿਆਨੇ ਦੀ ਦੁਕਾਨ ਸੀ ਉਹਦੇ ਵਿੱਚ ਬਹੁਤ ਸਾਜੋ ਸਮਾਨ ਰੱਖਿਆ ਸੀ, ਸਾਰੇ ਨੂੰ ਅੱਗ ਲੱਗ ਗਈ, ਸਾਰਾ ਕੁਝ ਸੜ ਕੇ ਸਵਾਹ ਹੋ ਗਿਆ, ਬਹੁਤ ਵੱਡਾ ਨੁਕਸਾਨ ਹੋ ਗਿਆ ਸੇਠ ਦਾ। ਸੇਠ ਬੜਾ ਉਦਾਸ ਹੋ ਗਿਆ ਕਿ ਬੱਚਾ ਇਹਨੇ ਜਨਮ ਲਿਆ ਇੱਧਰੋਂ ਅਤੇ ਨਾਲ ਹੀ ਮੈਨੂੰ ਐਡਾ ਵੱਡਾ ਘਾਟਾ ਕਿਉਂ ਪੈ ਗਿਆ। ਐਡਾ ਵੱਡਾ ਜਿਹੜਾ ਸਦਮਾ ਸੀ ਉਹ ਸੇਠ ਤੋਂ ਅਤੇ ਉਹਦੀ ਘਰਵਾਲੀ ਤੋਂ ਬਰਦਾਸ਼ਤ ਨਹੀਂ ਹੋ ਸਕਿਆ। ਉਹ ਜਿਹੜੀ ਸਿਠਾਣੀ ਸੀ ਉਹ ਵੀ ਕਮਲੀ ਹੋ ਗਈ, ਝੱਲੀ ਹੋ ਗਈ। ਹੌਲੀ ਹੌਲੀ ਜੋ ਵੀ ਇਹਨੇ ਖਰੀਦਿਆ ਸੀ ਸੇਠ ਨੇ ਇਹਨੂੰ ਵੇਚਣਾ ਪਿਆ, ਕਿਉਂਕਿ ਸਾਰੇ ਪੈਸੇ ਆਪਣੀ ਉਹਦੀ ਘਰਵਾਲੀ ਦੇ ਇਲਾਜ 'ਤੇ ਲੱਗ ਰਹੇ ਸੀ। ਹੌਲੀ ਹੌਲੀ ਇਹ ਕੰਗਾਲ ਹੋ ਗਿਆ, ਜੋ ਕੁਝ ਇਹਦੇ ਕੋਲ ਸੀ ਵਿਕ ਗਿਆ। ਉੱਧਰੋਂ ਕੈਂਕਰ ਨਾਂ ਦਾ ਜਿਹੜਾ ਕੁੱਤਾ ਸੀ ਉਹਨੇ ਜਦੋਂ ਬੱਚਾ ਹੋ ਕੇ ਜਨਮ ਲਿਆ, ਪੁੱਤਰ ਬਣ ਕੇ ਜਨਮ ਲਿਆ, ਉਸ ਵਕਤ ਉਹਦੇ ਪਿਤਾ ਨੂੰ, ਉਹ ਬ੍ਰਾਹਮਣ ਨੂੰ, ਰਾਜੇ ਨੇ ਆਪਣੇ ਪਾਸ ਨੌਕਰੀ ਦੇ ਦਿੱਤੀ, ਉਹਨੂੰ ਕਥਾ ਕਰਨ ਵਾਸਤੇ ਰੱਖ ਲਿਆ ਕਿ ਇਹ ਵੇਦਾਂ ਨੂੰ ਪੜ੍ਹਿਆ ਹੋਇਆ ਵਾ, ਇਹ ਚੰਗੇ ਵੇਦ ਵਿਚਾਰ ਲੈਂਦਾ, ਇਹਨੂੰ ਨੌਕਰੀ ਦਿੱਤੀ ਜਾਵੇ, ਉਹਨੂੰ ਚੰਗੀ ਤਨਖਾਹ ਦਿੱਤੀ ਗਈ। ਇਸ ਤਰ੍ਹਾਂ ਉਹਦਾ ਸਭ ਕੁਝ ਚੜ੍ਹਦੀ ਕਲਾ 'ਚ ਹੋ ਗਿਆ। ਪਰ ਦੂਜੇ ਪਾਸੇ ਜਦੋਂ ਸੇਠ ਦਾ ਪੁੱਤਰ ਵੱਡਾ ਹੋਇਆ, ਉਹ ਨਸ਼ਿਆਂ 'ਚ ਪੈ ਗਿਆ, ਜਿਹੜਾ ਕੁਝ ਮਾੜਾ ਮੋਟਾ ਬਚਿਆ ਸੀ ਉਹਨੇ ਸਭ ਕੁਝ ਬਰਬਾਦ ਕਰ ਦਿੱਤਾ। ਜਦੋਂ ਸੇਠ ਨੇ ਇੱਕ ਦਿਨ ਉਹਨੂੰ ਰੋਕਣਾ ਚਾਹਿਆ, ਸਮਝਾਉਣਾ ਚਾਹਿਆ, ਇੰਨਾ ਗੁੱਸੇ ਵਿੱਚ ਸੀ, ਨਸ਼ੇ ਵਿੱਚ ਸੀ, ਉਹਨੇ ਇੱਕ ਸੋਟੀ ਚੁੱਕੀ, ਆਪਣੇ ਪਿਤਾ ਨੂੰ ਇੰਨਾ ਕੁੱਟਿਆ, ਸੇਠ ਨੂੰ ਇੰਨਾ ਕੁੱਟਿਆ, ਉਹਦਾ ਲੱਕ ਤੋੜਤਾ। ਫਿਰ ਉਹ ਜਿਹੜਾ ਸੇਠ ਸੀ ਮੰਜੇ 'ਤੇ ਬਹਿ ਗਿਆ ਸਦਾ ਵਾਸਤੇ, ਅਤੇ ਉਹਦੀ ਘਰਵਾਲੀ ਨਾਲ ਇੱਕ ਦਿਨ ਸਲਾਹ ਕਰਦਾ ਹੋਇਆ ਬਹੁਤ ਦੁਖੀ ਹੋ ਕੇ ਪੁੱਛਦਾ, ਪਤਾ ਨਹੀਂ ਆਪਾਂ ਨੂੰ ਇਹ ਕਿਹੜੀ ਕਰਮਾਂ ਦੀ ਭਾਗਵਾਨੇ ਸਜ਼ਾ ਮਿਲੀ ਆ। ਫਿਰ ਉਹਨਾਂ ਨੂੰ ਯਾਦ ਆਇਆ ਕਿ ਇੱਕ ਵਾਰ ਕੋਈ ਕੁੱਤਾ ਆਇਆ ਸੀ ਸਾਡੇ ਘਰੇ, ਰੋਟੀ ਚੁੱਕ ਕੇ ਲੈ ਗਿਆ ਸੀ ਥਾਲੀ ਵਿੱਚੋਂ, ਅਤੇ ਤੁਸੀਂ ਉਹਨੂੰ ਬਹੁਤ ਮਾਰਿਆ ਸੀ, ਕੁੱਟਿਆ ਸੀ, ਉਹਦਾ ਲੱਕ ਤੋੜਤਾ ਸੀ। ਇਉਂ ਲੱਗਦਾ ਵੀ ਉਹ ਕੁੱਤੇ ਨੂੰ ਮਾਰਨ ਦੀ ਸਜ਼ਾ ਹੀ ਸਾਨੂੰ ਹੁਣ ਮਿਲ ਰਹੀ ਆ। ਮੈਂ ਜਿਵੇਂ ਕੁੱਤੇ ਦਾ ਲੱਕ ਤੋੜਿਆ ਸੀ, ਉਵੇਂ ਅੱਜ ਇਹਨੇ ਮੇਰੇ ਪੁੱਤਰ ਨੇ ਲੱਕ ਤੋੜਤਾ। ਫਿਰ ਸੇਠ ਦੁਖੀ ਹੋ ਕੇ ਕਹਿਣ ਲੱਗਾ, ਇਦੋਂ ਤਾਂ ਅਸੀਂ ਬੇ ਔਲਾਦ ਹੀ ਚੰਗੇ ਸੀ, ਇਹ ਪੁੱਤਰ ਸਾਡੇ ਘਰ ਵਿੱਚ ਜਨਮ ਹੀ ਨਾ ਲੈਂਦਾ ਤਾਂ ਚੰਗਾ ਸੀ। ਤਾਂ ਦੂਜੇ ਪਾਸੇ ਉਹ ਬ੍ਰਾਹਮਣ ਦੇ ਘਰੇ ਜਿਹੜਾ ਪੁੱਤਰ ਪੈਦਾ ਹੋਇਆ ਸੀ ਉਹ ਬਹੁਤ ਚੰਗੇ ਸੁਭਾਅ ਵਾਲਾ ਸੀ, ਨੇਕ ਇਨਸਾਨ ਸੀ, ਉਹਨੇ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ। ਤਾਂ ਇਹ ਗੁਰਮੁਖ ਪਿਆਰਿਓ, ਕਰਮਾਂ ਦੀ ਸਜ਼ਾ ਹੁੰਦੀ ਆ, ਇਹ ਜੈਸਾ ਬੀਜੈ ਸੋ ਲੁਣੈ, ਕਰਮਾਂ ਸੰਧੜਾ ਖੇਤ। ਬਾਣੀ ਵਿੱਚ ਵੀ ਸਾਨੂੰ ਵਾਰ ਵਾਰ ਦੱਸਿਆ ਗਿਆ, ਜਿਹੋ ਜਿਹਾ ਅਸੀਂ ਬੀਜਦੇ ਹਾਂ ਉਹੋ ਜਿਹਾ ਹੀ ਅਸੀਂ ਵੱਢਦੇ ਹਾਂ, ਆਪ ਬੀਜ ਆਪੇ ਹੀ ਖਾਵਣਾ। ਤਾਂ ਜੇ ਬੀਜ ਬੀਜ ਕੇ ਆਪ ਹੀ ਖਾਣੇ ਆ ਤਾਂ ਸੋਹਣੇ ਬੀਜ ਬੀਜਣੇ ਚਾਹੀਦੇ ਆ। ਕਈ ਵਾਰੀ ਸਾਡੇ ਘਰ ਵਿੱਚ ਕੋਈ ਬੱਚਾ ਜਨਮ ਲੈਂਦਾ, ਇਹੋ ਜਿਹਾ ਬੱਚਾ ਹੁੰਦਾ, ਉਹ ਲੈਣ ਹੀ ਆਇਆ ਹੁੰਦਾ ਸਭ ਕੁਝ ਸਾਡੇ ਤੋਂ, ਅਤੇ ਸਾਡਾ ਸਾਰਾ ਕੁਝ ਖੁੱਸ ਜਾਂਦਾ। ਕਈ ਵਾਰੀ ਬੱਚਾ ਜਨਮ ਲੈਂਦਾ, ਸਭ ਕੁਝ ਬਣਿਆ ਬਣਾਇਆ ਜਿਹੜਾ ਹੁੰਦਾ ਵਾ ਉਹ ਹੋਰ ਅੱਗੇ ਨੂੰ ਵਧਣ ਲੱਗ ਜਾਂਦਾ, ਚੜ੍ਹਦੀ ਕਲਾ 'ਚ ਅਸੀਂ ਹੋ ਜਾਂਦੇ ਹਾਂ, ਕਈ ਵਾਰੀ ਬਣਿਆ ਬਣਾਇਆ ਵੀ ਵਿਕ ਜਾਂਦਾ। ਤਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਗੁਰਮੁਖ ਪਿਆਰਿਓ, ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ। ਇਹਨੂੰ ਭਾਵੇਂ ਅਸੀਂ ਨਹੀਂ ਮੰਨਦੇ,
ਪਰ ਗੁਰਬਾਣੀ ਇਹਨੂੰ ਮੰਨਦੀ ਆ। ਕਿਉਂਕਿ ਬਾਣੀ ਵਿੱਚ ਇੱਕ ਬਚਨ ਆਉਂਦਾ, ਪੂਰਵ ਜਨਮ ਕੇ ਮਿਲੇ ਸੰਜੋਗੀ। ਜਿੰਨੇ ਵੀ ਆਪਾਂ ਇੱਕ ਦੂਜੇ ਨੂੰ ਮਿਲੇ ਹਾਂ, ਇਹ ਪੂਰਵ ਜਨਮ ਕੇ ਮਿਲੇ ਸੰਜੋਗੀ। ਇਹ ਸੰਜੋਗ ਐਵੇਂ ਨਹੀਂ ਹੋ ਗਿਆ, ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ ਆਪਾਂ ਇੱਥੇ ਮਿਲੇ ਹਾਂ। ਪਰ ਅੰਤੇ ਕੋ ਨਾ ਸਹਾਈ, ਪਰ ਅੰਤ ਵੇਲੇ ਨਾਮ ਤੋਂ ਬਿਨਾਂ ਇਹਨਾਂ ਵਿੱਚੋਂ ਕੋਈ ਸਹਾਈ ਨਹੀਂ ਹੋਣਾ। ਇਹ ਕਹਾਣੀਆਂ ਜਿਹੜੀਆਂ ਹੁੰਦੀਆਂ ਤਾਂ ਸਮਝਾਉਣ ਮਾਤਰ ਹੁੰਦੀਆਂ, ਆਪਾਂ ਤਾਂ ਇਹਦੇ ਵਿਚਕਾਰਲੀ ਗੱਲ ਜਿਹੜਾ ਸਿੱਟਾ ਹੁੰਦਾ, ਨਤੀਜਾ ਹੁੰਦਾ, ਉਹ ਸਮਝਣਾ ਹੁੰਦਾ ਕਿ ਇਹਦਾ ਨਤੀਜਾ ਕੀ ਹੈ। ਕਈ ਵਾਰੀ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਦੋ ਕੁੱਤੇ ਆਪਸ ਵਿੱਚ ਗੱਲਾਂ ਕਿਵੇਂ ਕਰ ਸਕਦੇ ਆ, ਉਹ ਕਿਵੇਂ ਤੀਰਥ ਯਾਤਰਾ 'ਤੇ ਜਾ ਸਕਦੇ ਆ। ਨਹੀਂ, ਇਹ ਸਿਰਫ ਸਮਝਾਉਣ ਲਈ ਉਪਦੇਸ਼ ਮਾਤਰ ਗਿਆਨ ਹੁੰਦਾ। ਜੇ ਅਸੀਂ ਇਹਦੀ ਵਿਚਲੀ ਗੱਲ ਨੂੰ ਸਮਝਾਂਗੇ, ਸਿਧਾਂਤਾਂ ਨੂੰ ਸਮਝਾਂਗੇ, ਸਿੱਟਿਆਂ ਨੂੰ ਸਮਝਾਂਗੇ, ਤਾਂ ਸਾਡੀ ਜ਼ਿੰਦਗੀ ਜਿਹੜੀ ਬਦਲ ਸਕਦੀ ਆ। ਜੇ ਅਸੀਂ ਇਹਨੂੰ ਵੀ ਇਸ ਤਰ੍ਹਾਂ ਗਲਤ ਤਰੀਕੇ ਨਾਲ, ਨਕਾਰਾਤਮਕ ਸੋਚ ਨਾਲ ਲੈ ਲਵਾਂਗੇ, ਫਿਰ ਅਸੀਂ ਕਾਮਯਾਬ ਨਹੀਂ ਹੋ ਸਕਦੇ। ਇਸ ਕਰਕੇ ਗੋਰੇ ਵੀ ਹੁਣ ਕਹਿ ਦਿੰਦੇ ਆ, ਅੰਗਰੇਜ਼ ਵੀ, ਇੱਕ ਗੱਲ ਦੀ, ਵਨ ਸਟੋਰੀ ਕੈਨ ਚੇਂਜ ਯੂਅਰ ਲਾਈਫ। ਇੱਕ ਛੋਟੀ ਜਿਹੀ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ। ਸਾਡੀ ਜ਼ਿੰਦਗੀ ਵਿੱਚ ਕਈ ਇਹੋ ਜਿਹੇ ਉਸਤਾਦ ਆਉਂਦੇ ਆ ਜਿਹੜੀ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਆ। ਤਾਂ ਕਰਮ ਜਿਹੜੇ ਆ, ਇਹਦਾ ਚੱਕਰ ਮੁੜ ਕੇ ਆਪਾਂ ਨੂੰ ਹੀ ਭੁਗਤਣਾ ਪੈਂਦਾ। ਜੇ ਬੀਜ ਬੀਜ ਕੇ ਆਪ ਹੀ ਖਾਣੇ ਆ, ਪਤਾ ਵਾ ਇਹ ਗੱਲ ਦਾ, ਤਾਂ ਸਾਨੂੰ ਚੰਗੇ ਬੀਜ ਬੀਜਣੇ ਚਾਹੀਦੇ ਆ। ਭੁੱਲ ਚੁੱਕ ਦੀ ਖਿਮਾ ਜੀ, ਸਰਬੱਤ ਦੇ ਭਲੇ ਦੀ ਅਰਦਾਸ ਕਰੀਏ, ਫਤਿਹ ਬੁਲਾਈਏ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਹੀ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।